ਅੱਗੇ ਪੜਦੇ ਹਾਂ ਜੀ 7ਵੀਂ ਅਨੁਸੂਚੀ 7ਥ ਸ਼ੈਡਿਊਲ ਇਸ ਦੇ ਵਿੱਚ ਨਾ ਸਬਜੈਕਟਸ ਦੀ ਡਿਵੀਜ਼ਨ ਕੀਤੀ ਗਈ ਆ ਵੀ ਆਹਾ ਆਹ ਵਿਸ਼ੇ ਉਤੇ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਆ ਆਹ ਵਿਸ਼ੇ ਸਟੇਟਸ ਨੂੰ ਦਿੱਤੇ ਗਏ ਆ ਪ੍ਰਾਂਤਾਂ ਨੂੰ ਦਿੱਤੇ ਗਏ ਆ ਤੇ ਕੁਝ ਵਿਸ਼ੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਉਤੇ ਕੇਂਦਰ ਤੇ ਪ੍ਰਾਂਤ ਦੋਨੋਂ ਕਾਨੂੰਨ ਬਣਾ ਸਕਦੇ ਉਹਨੂੰ ਕਹਿੰਦੇ ਜੀ ਕਨਕਰੈਂਟ ਲਿਸਟ ਸਮਕਾਲੀ ਸੂਚੀ ਸੂਚੀ ਪਹਿਲੀ ਆ ਜੀ ਸੰਘ ਸੂਚੀ ਫੈਡਰਲ ਸੂਚੀ ਜਾਂ ਜੂਨੀਅਨ ਸੂਚੀ ਦੂਸਰੀ ਹੁੰਦੀ ਹੈ ਜੀ ਸਟੇਟ ਲਿਸਟ ਰਾਜ ਸੂਚੀ ਤੀਸਰੀ ਹੈ ਜੀ ਸਮਕਾਲੀ ਸੂਚੀ ਕਨਕਰੈਂਟ ਲਿਸਟ ਇਸ ਉੱਤੇ ਸਟੇਟ ਤੇ ਸੈਂਟਰ ਦੋਨੋਂ ਕਾਨੂੰਨ ਬਣਾ ਸਕਦੇ ਆ ਇਹ ਤਿੰਨ ਸੂਚੀਆਂ ਦੇ ਰੂਪ ਵਿੱਚ ਜੁਨੀਅਨ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਵੀ ਆਹ ਹਾਂ ਟੌਪਿਕ ਦੇ ਉੱਤੇ ਤੁਸੀਂ ਤੁਸੀਂ ਕਾਨੂੰਨ ਬਣਾ ਸਕਦੇ ਆ ਵਰਤਮਾਨ ਵਿੱਚ ਜੁਨੀਅਨ ਸੂਚੀ ਵਿੱਚ ਜਿਹੜੀ ਸੈਂਟਰਲ ਲੈਵਲ ਦੀ ਸੂਚੀ ਆ ਉਸ ਵਿੱਚ 100 ਵਿਸ਼ੇ ਆ 100 ਪਹਿਲਾਂ ਸੀ 97 ਹੁਣ 97 ਤੋਂ ਵੱਧ ਕੇ 100 ਹੋ ਗਏ ਹੋ ਸਕਦਾ ਹੈ ਹੋਰ ਵੱਧ ਗਏ ਹੁਣ ਪਰ ਤੁਸੀਂ ਇਹ ਦੇਖਣਾ ਆ ਮੇਨ ਗੱਲ ਕੀ ਸੈਂਟਰਲ ਲਿਸਟ ਵਿੱਚ ਸਬਜੈਕਟ ਦੀ ਨੰਬਰ ਵਧੇ ਆ 97 ਤੋਂ 100 ਹੋ ਗਏ ਰਾਜ ਸੂਚੀ ਵਿੱਚ ਹੁਣ 64 ਪਹਿਲਾਂ 64 ਸੀ ਮਤਲਬ 64 ਤੋਂ 64 ਹੋ ਗਏ ਕੱਟ ਗਏ ਮਤਲਬ ਰਾਜਾਂ ਦੀ ਸਟੇਟਸ ਦੀ ਪਾਵਰ ਕੱਟੀ ਆ ਆਜ਼ਾਦੀ ਤੋਂ ਬਾਅਦ ਨਿਊ ਕੋਰਸ ਆਫ ਟਾਈਮ ਸਮਾਵਿਤਨ ਦੇ ਨਾਲ ਨਾਲ ਸਟੇਟ ਦੇ ਸਬਜੈਕਟ ਵੀ ਕਟੇ ਆ ਤੇ ਸਮਕਾਲੀ ਸੂਚੀ ਵਿੱਚ 52 ਵਿਸ਼ੇ ਆ ਪਹਿਲਾ 47 ਸੀ ਸਮਕਾਲੀ ਸੂਚੀ ਵਿੱਚ ਵੀ ਸਬਜੈਕਟ ਬਦੇ ਆ ਠੀਕ ਹੈ ਜੀ ਅੱਗੇ ਹੈ ਜੀ 8ਵੀਂ ਅਨਸੂਚੀ ਅਰਥ ਸ਼ੈਡਿਊਲ ਇਹ ਡੀਲ ਕਰਦਾ ਜੀ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਭਾਸ਼ਾਵਾਂ ਉਹ ਕਿਹੜੇ-ਕਿਹੜੀਆਂ ਭਾਸ਼ਾਵਾਂ ਆ ਜਿਨ੍ਹਾਂ ਨੂੰ ਸੰਵਿਧਾਨ ਨੇ ਮਾਨਤਾ ਦਿੱਤੀ ਆ ਪਹਿਲਾਂ ਇੱਥੇ 14 ਭਾਸ਼ਾਵਾਂ ਸਨ ਪਹਿਲਾਂ 14 ਭਾਸ਼ਾਵਾਂ ਨੂੰ ਇਸ ਅਨਸੂਚੀ ਵਿੱਚ ਰੱਖਿਆ ਗਿਆ ਸੀ ਵੀ ਹਾਂ ਵੀ ਇਹ ਲੈਂਗੁਏਜ ਨੂੰ ਰੈਕਗਨਿਸ਼ਨ ਮਿਲੀ ਹੈ ਸੈਂਟਰਲ ਵੱਲੋਂ ਸੰਵਿਧਾਨ ਦੁਆਰਾ ਹਨਾ ਪਰ ਮੌਜੂਦਾ ਸਮੇਂ ਇਸ ਵਿੱਚ 22 ਭਾਸ਼ਾਵਾਂ ਹਨ ਕਿੰਦੀਆਂ ਆ 22 ਇੰਪੋਰਟੈਂਟ ਆ ਕਿਹੜੇ-ਕਿਹੜੀਆਂ ਭਾਸ਼ਾਵਾਂ ਆ ਇਹ ਥੋੜਾ ਧਿਆਨ ਨਾਲ ਆਪਾਂ ਪੜਾਂਗੇ ਇਹਨਾਂ ਉੱਤੇ ਪ੍ਰਸ਼ਨ ਆ ਜਾਂਦਾ ਮੇਨ ਮੇਨ ਭਾਸ਼ਾਵਾਂ ਸਾਰੀਆਂ ਆ ਅੰਗਰੇਜ਼ੀ ਨਹੀਂ ਹੈਗੀ ਅੰਗਰੇਜ਼ੀ ਨਹੀਂ ਹੈਗੀ ਯਾਦ ਰੱਖਿਓ ਅਸਮੀਆ ਠੀਕ ਹੈ ਜੀ ਬੰਗਾਲੀ ਹੈ ਠੀਕ ਹੈ ਜੀ ਤੁਸੀਂ ਇਹਨਾਂ ਦੇਖਣਾ ਵੀ ਜਿੰਨਾ-ਜਿੰਨਾ ਭਾਸ਼ਾਵਾਂ ਦੇ ਆਧਾਰ ਤੇ ਸਟੇਟ ਬਣੇ ਆ ਨਾ ਪ੍ਰਾਂਤ ਬਣੇ ਆ ਉਹ ਉਹ ਤਾਂ ਹੈਗੀਆਂ ਜੀ ਜਿਸ ਤਰ੍ਹਾਂ ਅਸਾਮੀ ਹੋ ਗਈ ਅਸਮ ਦੀ ਬੰਗਾਲੀ ਹੋ ਗਈ ਬੰਗਾਲ ਦੀ ਤੇ ਗੁਜਰਾਤੀ ਹੋ ਗਈ ਗੁਜਰਾਤ ਦੀ ਹਿੰਦੀ ਹੋ ਗਈ ਇਹਦਾ ਪੂਰਾ ਹਿੰਦੀ ਬੈਲਟ ਹੀ ਆ ਕੰਨੜ ਹੋ ਗਈ ਕਰਨਾਟਕਾ ਦੀ ਤੇ ਮਲਿਆਲਮ ਹੋ ਗਈ ਕੇਰਲਾ ਦੀ ਮਨੀਪੁਰ ਦੀ ਮਨੀਪੁਰੀ ਮਹਾਰਾਸ਼ਟਰੀ ਮਰਾਠੀ ਆ ਦੇਖੋ ਇੰਪੋਰਟੈਂਟ ਪੁਆਇੰਟ ਨੇਪਾਲ ਸਾਡਾ ਏਰੀਆ ਦੇਸ਼ ਨਹੀਂ ਨੇਪਾਲ ਦੂਸਰਾ ਦੇਸ਼ ਆ ਪਰ ਉਹਦੀ ਭਾਸ਼ਾ ਨੇਪਾਲੀ ਨੂੰ ਵੀ ਸਾਡੇ 22ਵੇਂ ਸ਼ੈਡਿਊਲ ਵਿੱਚ ਰੈਕੋਗਨੀਸ਼ਨ ਮਾਨਤਾ ਦਿੱਤੀ ਹੋਈ ਆ 네ਪਾਲੀ ਇੰਪੋਰਟੈਂਟ ਪੁਆਇੰਟ ਹੋ ਗਿਆ ਜੀ ਬਸ ਇਸ ਤੋਂ ਅੰਪੋਰਟੈਂਟ ਪੁਆਇੰਟ ਚੱਕ ਲੈਣੇ ਆ ਓਡੀਸਾ ਵਿੱਚ ਉੜੀਆ ਪੰਜਾਬ ਵਿੱਚ ਪੰਜਾਬੀ ਠੀਕ ਹੈ ਜੀ ਤੇ ਤਾਮਿਲਨਾਡੂ ਵਿੱਚ ਤਾਮਿਲ ਤੇ ਆਪਣੇ ਆਂਧਰਾ ਪ੍ਰਦੇਸ਼ ਇੱਧਰ ਕਿਹੜੀ ਆ ਤੇਲਗੂ ਤੇ ਇਸ ਤੋਂ ਇਲਾਵਾ ਹੁਣ ਅਸੀਂ ਪੜ ਲੈਂਦੇ ਜੀ ਬੋੜੋ ਅਸਮ ਦੇ ਵਿੱਚ ਹੀ ਬੋੜੋ ਏਰੀਆ ਆ ਉਹਦੇ ਲਈ ਬੋੜੋ ਭਾਸ਼ਾ ਜੰਮੂ ਵਿੱਚ ਜੋ ਡੋਗਰੀ ਉਹ ਵੀ ਹੈਗੀ ਆ ਜੀ ਡੋਂਗਰੀ ਵੀ ਕਹਿ ਦਿੰਦੇ ਆ ਇਹਨੂੰ ਤੇ ਕਸ਼ਮੀਰ ਵਿੱਚ ਕਸ਼ਮੀਰੀ ਆ ਮਹਾਰਾਸ਼ਟਰ ਦੇ ਬਾਰਡਰ ਏਰੀਆ ਵਿੱਚ ਬੈਸਟਨ ਕੋਸਟ ਵਿੱਚ ਕੋੰਕਣੀ ਬਿਹਾਰ ਵਿੱਚ ਮੈਥਲੀ ਤੇ ਸੰਸਕ੍ਰਿਤ ਵੀ ਆ ਸੰਸਕ੍ਰਿਤ ਵੀ ਆ ਜੀ ਸੰਥਾਲੀ ਵੀ ਆ ਸੰਥਾਲ ਏਰੀਆ ਝਾਰਖੰਡ ਦਾ ਸੰਥਾਲੀ ਵੀ ਆ ਸਿੰਧ ਸਿੰਧ ਏਰੀਆ ਭਾਵੇਂ ਹੁਣ ਪਾਕਿਸਤਾਨ ਵਿੱਚ ਆ ਪਰ ਇਹ ਸਿੰਧੀ ਭਾਸ਼ਾ ਕਿਉਂਕਿ ਸਿੰਧੀ ਭਾਸ਼ਾ ਬੋਲਦੇ ਲੋਕ ਭਾਰਤ ਵਿੱਚ ਵਸ ਗਏ ਹੈਗੇ ਆ ਕਾਫੀ ਸਿੰਧੀ ਭਾਸ਼ਾ ਵੀ ਹੈ ਜੀ 12ਵੇਂ 22ਵੇਂ ਸ਼ੈਡਿਊਲ 'ਵਿ ਆਪਣੇ 8ਵੇਂ ਸ਼ੈਡਿਊਲ ਵਿੱਚ 8ਵੇਂ ਸ਼ੈਡਿਊਲ ਵਿੱਚ ਜਿਹੜੀਆਂ 22 ਭਾਸ਼ਾਵਾਂ ਆਆਂ ਉਹਨਾਂ ਵਿੱਚ ਸਿੰਧੀ ਵੀ ਆ ਠੀਕ ਹੈ ਜੀ ਤੇ ਉਰਦੂ ਵੀ ਆ ਉਰਦੂ ਵੀ ਆ ਇਹ ਗੱਲਾਂ ਨੂੰ ਥੋੜਾ ਧਿਆਨ ਨਾਲ ਪੜ ਲੈਣਾ ਇਹਨਾਂ 'ਤੇ ਪ੍ਰਸ਼ਨ ਪੁੱਛੇ ਜਾਂਦੇ ਆ ਵੀ ਕਿਹੜੀ ਕਿਹੜੀ ਭਾਸ਼ਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਹੜੀ ਭਾਸ਼ਾ 22ਵੇਂ ਸ਼ੈਡਿਊਲ ਵਿੱਚ ਆ ਸਿੰਧੀ ਨੂੰ 1967 ਦੇ 21ਵੇਂ ਸ਼ੋਧ ਐਕਟ ਦੁਆਰਾ ਜੋੜਿਆ ਗਿਆ ਸੀ 21ਸ ਕਨਸਟੀਟਿਊਸ਼ਨਲ ਅਮੈਂਡਮੈਂਟ ਦੁਆਰਾ ਕੋੰਕਣੀ ਮਨੀਪੁਰੀ ਅਤੇ ਨੇਪਾਲੀ ਨੂੰ 1992 ਦੇ 71ਵੇਂ ਸ਼ੋਟ ਐਕਟ ਦੁਆਰਾ ਜੋੜਿਆ ਗਿਆ ਸੀ ਠੀਕ ਹੈ ਜੀ ਕੋੰਕਣੀ ਮਨੀਪੁਰੀ ਨੇਪਾਲੀ ਬੋੜੋ ਡੋਂਗਰੀ ਮੈਥਲੀ ਅਤੇ ਸੰਥਾਲੀ ਨੂੰ ਵੀ ਬਾਅਦ ਵਿੱਚ 2003 ਦੇ 92 ਸ਼ੋਟ ਐਕਟ ਦੁਆਰਾ ਜੋੜਿਆ ਗਿਆ ਸੀ ਇਹ ਮੜਾ ਜਾ ਦੇਖ ਲੈਣਾ ਜੀ 92 ਕਿਹਨਾਂ ਨਾਲ ਡੀਲ ਕਰਦਾ ਆਹ ਵਾਲੀ ਲੈਂਗੁਏਜ ਨੂੰ ਜੋੜਨ ਨਾਲ ਥੋੜਾ ਜਿਹਾ ਦੇਖ ਲੈਣਾ ਉੱਤੋਂ ਬਹੁਤ ਬਹੁਤਾ ਸਕਿਪ ਨਹੀਂ ਕਰਨਾ ਆਪਾਂ ਬਹੁਤਾ ਰੱਟਾ ਬ ਨਹੀਂ ਲਾਉਣਾ ਮੈਨ ਆਹਾਹਾ ਮੈਂ ਤੁਹਾਨੂੰ ਗੱਲਾਂ ਦੱਸਦੀਆਂ ਭਾਸ਼ਾਵਾਂ ਉੱਤੇ ਪ੍ਰਸ਼ਨ ਪੁੱਛੇ ਜਾਂਦੇ ਆ ਹਾਂ ਜੀ ਮੇਕੜੀ-ਕੇੜੀ ਸਾਡੀ 8ਥ ਸ਼ੈਡਿਊਲ ਵਿੱਚ ਹੈ। ਅੱਗੇ ਜੀ 9ਥ ਸ਼ੈਡਿਊਲ, ਨੌਵਿਆਂ ਨੇ ਸੋਚੀ। ਇਹ ਬਹੁਤ ਇੰਪੋਰਟੈਂਟ ਆ ਅਨੁਸੋਚੀ। ਠੀਕ ਹੈ। ਤੁਸੀਂ ਇਸ ਤਰ੍ਹਾਂ ਯਾਦ ਰੱਖੋ ਕਿ ਜਦੋਂ ਸਾਡਾ ਸੰਵਿਧਾਨ ਬਣ ਗਿਆ ਸੀ ਨਾ ਤੇ ਬਣਨ ਤੋਂ ਬਾਅਦ ਕਈ ਗੱਲਾਂ ਉੱਤੇ ਕਲੈਰਟੀ ਨਹੀਂ ਸੀ। ਜਿਸ ਤਰ੍ਹਾਂ ਸਰਕਾਰ ਨੂੰ ਜ਼ਮੀਨ ਚਾਹੀਦੀ ਸੀ। ਤਾਂ ਜਦੋਂ ਸਰਕਾਰ ਜ਼ਮੀਨ ਲੈਂਦੀ ਸੀ ਕਿਸੇ ਡਿਵੈਲਪਮੈਂਟ ਪ੍ਰੋਜੈਕਟ ਲਈ ਤਾਂ ਕੇਸ ਹੋ ਜਾਂਦੇ ਸੀ। ਕਿਉਂਕਿ ਕਈ ਗੱਲਾਂ ਉੱਤੇ ਕਲੈਰਟੀ ਨਹੀਂ ਸੀ। ਅੱਛਾ। ਤੇ ਇਸੇ ਤਰ੍ਹਾਂ ਜਿਹੜਾ ਆਪਣਾ ਰਾਈਟ ਟੂ ਸਪੀਚ ਆ ਪੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਆ ਆਰਟੀਕਲ 19 ਹੁਣ ਉਹਦੇ ਉੱਤੇ ਕੋਈ ਪਾਬੰਦੀ ਵੀ ਤਾਂ ਹੋਣੀ ਚਾਹੀਦੀ ਆ। ਉਹ ਪਾਬੰਦੀ ਪਹਿਲਾਂ ਨਹੀਂ ਸੀ ਲਿਖੀ ਗਈ ਸੰਵਿਧਾਨ ਵਿੱਚ ਤੇ ਉਹਦੇ ਉੱਤੇ ਕਲੈਰਿਫਿਕੇਸ਼ਨ ਦਿੱਤੀ ਗਈ। ਵੀ ਨਹੀਂ ਯਾਰ। ਵੀ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਤਾਂ ਹੈ ਪਰ ਇਹਦੇ ਉੱਤੇ ਕੰਡੀਸ਼ਨਾਂ ਹੈਗੀਆਂ। ਉਹ ਕੰਡੀਸ਼ਨਾਂ ਲਾਈਆਂ ਗਈਆਂ। ਇਸ ਤਰ੍ਹਾਂ ਦੀਆਂ ਗੱਲਾਂ ਐਡ ਹੋਈਆਂ। ਠੀਕ ਹੈ। ਤੇ ਤਾਂ ਕਿ ਜਿਹੜੇ ਸਾਡੇ ਸੰਵਿਧਾਨ ਚ ਕਈ ਪ੍ਰੋਵੀਜ਼ਨਸ ਬਣੀਆਂ ਸਨ ਉਹਨੂੰ ਉਹਦੀ ਕਲੈਰੀਫਿਕੇਸ਼ਨ ਮਿਲੇ ਤਾਂ ਮੇਨਲੀ ਇਹ ਡੀਲ ਕਰਦਾ ਜੀ ਦੇਖੋ ਐਕਟਸ ਐਂਡ ਰੈਗੂਲੇਸ਼ਨ ਆਫ ਸਟੇਟ ਲੈਜਿਸਲੇਚਰਸ ਸਟੇਟ ਲੈਜਿਸਲੇਚਰ ਦੇ ਉਹ ਐਕਟ ਤੇ ਰੈਗੂਲੇਸ਼ਨ ਨਿਯਮ ਵਗੈਰਾ ਥੈਟ ਡੀਲ ਵਿਦ ਲੈਂਡ ਰਿਫਾਰਮਸ ਐਂਡ ਐਵੋਲੂਸ਼ਨ ਆਫ ਜ਼ਮੀਂਦਾਰੀ ਸਿਸਟਮ ਠੀਕ ਹੈ ਨਾ ਕਿਉਂਕਿ ਜ਼ਮੀਂਦਾਰੀ ਸਿਸਟਮ ਨੂੰ ਐਵਾਲੂਸ਼ ਕੀਤਾ ਗਿਆ ਸੀ ਲੈਂਡ ਰਿਫਾਰਮਸ ਲਿਆਉਣ ਦੇ ਗਏ ਸੀ ਤਾਂ ਉਹ ਫਿਰ ਕੋਰਟ ਦੇ ਵਿੱਚ ਕੇਸਸ ਹੋਣ ਲੱਗੇ ਵੇ ਦੇਖੋ ਜੀ ਕੁਝ ਲੋਕ ਕਹਿੰਦੇ ਵੀ ਦੇਖੋ ਜੀ ਦੇਖੋ ਸਾਡੇ ਕੋਲ ਕੀ ਆ ਰਾਈਟ ਟੂ ਪ੍ਰੋਪਰਟੀ ਆ ਤੇ ਇਹ ਗੱਲਾਂ ਕੁਝ ਹੋਈਆਂ ਤੇ ਇਹਨਾਂ ਨਾਲ ਡੀਲ ਕਰਦੇ ਹੋਏ ਫਿਰ ਕੁਝ ਐਕਟ ਦੇ ਰੂਲ ਰੈਗੂਲੇਸ਼ਨ ਵਗੈਰਾ ਆਈ ਸੀ ਇਹ ਕਿੰਨਾ ਨਾਲ ਡੀਲ ਕਰਦਾ ਰਾਜ ਵਿਧਾਨ ਸਭਾਵਾਂ ਦੇ ਐਕਟ ਤੇ ਨਿਯਮ ਕਿਹੜੇ ਐਕਟ ਦੇ ਨਿਯਮ ਜਿਹੜੇ ਕਿ ਜ਼ਮੀਨੀ ਸੁਧਾਰਾਂ ਅਤੇ ਜ਼ਿਮੀਦਾਰੀ ਪ੍ਰਣਾਲੀ ਦੇ ਖਾਤਮੇ ਨਾਲ ਜੁੜਦੇ ਹਨ ਉਹਨਾਂ ਨਾਲ ਅਤੇ ਹੋਰ ਮਾਮਲੇ ਸਿਰਫ ਇਹੀ ਨਹੀਂ ਹੋਰ ਮਾਮਲੇ ਨਾਲ ਵੀ ਇਹ ਡੀਲ ਕਰਦੇ ਆ ਠੀਕ ਹੈ एक्शन रेगुलेशन ऑफ द पार्लियामेंट डीलिंग विद अदर मैटर्स पार्लियामेंट ਦੇ ਵੀ ਕਈ ਅਸਰਾਂ ਤੇ ਐਕਟ ਤੇ ਰੈਗੂਲੇਸ਼ਨ ਜਿਹੜੇ ਹੋਰ ਮੈਟਰ ਨਾਲ ਡੀਲ ਕਰਦੇ ਆ ਮੈਂ ਦੱਸਿਆ ਹੋਰ ਮੈਟਰ ਵਿੱਚ ਰਾਈਟ ਟੂ ਸਪੀਚ ਐਂਡ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਵੀ ਆਉਂਦਾ ਨਾ ਉਹਦੀ ਕਲੈਰੀਫਿਕੇਸ਼ਨ ਦਿੱਤੀ ਗਈ ਫਿਰ ਇੱਕ ਨਵੀਂ ਅਨੁਸੂਚੀ ਐਡ ਕੀਤੀ ਗਈ ਠੀਕ ਹੈ ਤੇ ਇਹ ਅਨੁਸੂਚੀ ਨੂੰ ਪਹਿਲੀ ਸੋਧ ਦੁਆਰਾ ਸੰਵਿਧਾਨ ਦੀ ਫਰਸਟ ਅਮੈਂਡਮੈਂਟ ਦੁਆਰਾ ਐਡ ਕੀਤਾ ਗਿਆ ਸੀ ਕਦੋਂ 1951 ਵਿੱਚ 1950 ਚ ਸੰਵਿਧਾਨ ਲਾਗੂ ਹੋ ਗਿਆ ਤਾਂ 51 ਵਿੱਚ ਹੀ पहली शोध द्वारा फर्स्ट अमेंडमेंट दिस शेड्यूल वॉज एडेड बाय द फर्स्ट अमेंडमेंट कब कदों उन्नीस सौ इकवंजा च ए नाइनटीन फिफ्ट वन पहली शोध द्वारा जोड़ा गया ये बहुत इंपॉर्टेंट प्रश्न है एक ए इस टॉपिक उत्ते कई बार प्रश्न पूछे गए हैं पहली सोध कहड़ी सर नाइनथ शड्यूल न संबंधित ठीक है आज वो आप पढ़िया तो कदों आई उन्नीस सौ इकवंजा हूँ क्वेश्चन आ गया कि जो पहली अमेंडमेंट आई उस वे प्रधानमंत्री कौन सी सिंपल जी गल नाइनटीन फिफ्टी वन कौन सवाहर लाल नहरू ठीक है जी ਇਟ ਏਮਸ ਕੀ ਸੀ ਇਹਦਾ ਉਦੇਸ਼ ਕੀ ਸੀ ਟੂ ਪ੍ਰੋਟੈਕਟ ਦਾ ਲਾਜ਼ ਇਨਕਲੂਡਡ ਇਨ ਇਟ ਫਰਮ ਜੁਡੀਸ਼ੀਅਲ ਸਕਰਟੀਨੀ ਠੀਕ ਹੈ ਨਾ ਇਹ 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 ਇੰਪੋਰਟੈਂਟ ਪੁਆਇੰਟ ਆ ਉਹ ਕਹਿੰਦੇ ਵੀ ਜਦੋਂ ਤੁਸੀਂ ਕੋਈ ਕਾਨੂੰਨ ਬਣਾਇਆ ਕੋਈ ਵਿਧਾਨ ਬਣਾਇਆ ਠੀਕ ਉਹ ਤੁਸੀਂ ਕਹਿੰਦੇ ਆ ਕਿ ਇਹ ਵਿਧਾਨ ਨੂੰ ਕੋਈ ਸੁਪਰੀਮ ਕੋਰਟ ਚ ਜਾ ਕੇ ਜਾਂ ਹਾਈ ਕੋਰਟ ਚ ਜਾ ਕੇ ਚੈਲੰਜ ਨਾ ਕਰ ਲੈ ਜੁਡੀਸ਼ਰੀ ਵਿੱਚ ਜਾ ਕੇ ਨਿਆਂਪਾਲਿਕਾ ਵਿੱਚ ਜਾ ਕੇ ਇਸ ਵਿਧਾਨ ਨੂੰ ਇਸ ਵਿਧਾਨ ਨੂੰ ਇਸ ਕਾਨੂੰਨ ਨੂੰ ਕੋਈ ਚੈਲੰਜ ਨਾ ਕਰ ਲੈ ਤਾਂ ਫਿਰ ਕੀ ਆ ਉਹ ਵਾਲਾ ਕਾਨੂੰਨ 9th ਸ਼ੈਡਿਊਲ ਵਿੱਚ ਪਾਜ ਦਿੱਤਾ ਜਾਂਦਾ ਸੀ ਵੀ ਹੁਣ 9th ਸ਼ੈਡਿਊਲ ਚ ਪਾਤਾ ਆ ਇਹਦਾ ਮਤਲਬ ਹੁਣ ਕੋਈ ਇਹਨੂੰ ਚੈਲੰਜ ਨਹੀਂ ਕਰ ਸਕਦਾ ਤੇ ਇਸੇ ਹਿਸਾਬ ਨਾਲ ਜਿੱਦਾਂ ਹੁਣ ਮੰਨ ਲਓ ਕਿ ਜ਼ਮੀਨ ਨਾਲ ਸੰਬੰਧਿਤ ਕੋਈ ਗੱਲ ਸਗੀ ਉਹਨਾਂ ਨੇ 9th ਸ਼ੈਡਿਊਲ ਚ ਪਾਤੀ ਇਹਦਾ ਮਤਲਬ ਹੁਣ ਕੋਈ ਉਹਨੂੰ ਚੈਲੰਜ ਨਹੀਂ ਕਰ ਸਕਦਾ ਹਾਲਾਂਕਿ ਬਾਤ ਵਿੱਚ 2007 ਵਿੱਚ ਬਹੁਤ ਇੰਪੋਰਟੈਂਟ ਲਾਈਨ ਪੜ੍ਹ ਰਹੇ ਆ ਮੈਂ ਦਿੱਕਤ ਆਣਾ ਸੁਣਿਆ 2007 ਚ ਕੀ ਹੋਇਆ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਕੀ ਦਿੱਤਾ ਕਿ 24 ਅਪ੍ਰੈਲ 1973 ਤੋਂ ਬਾਅਦ ਇਸ ਅਨੁਸੂਚੀ ਵਿੱਚ ਸ਼ਾਮਿਲ ਕਾਨੂੰਨ ਨਿਆਂਇਕ ਸਮੀਖਿਆ ਲਈ ਖੁੱਲੇ ਹਨ ਆਈਆਰ ਕੋਲੋ ਕੇਸ ਵਿੱਚ ਆਈਆਰ ਕੋਲੋ ਕੇਸ ਵਿੱਚ ਸੁਪਰੀਮ ਕੋਰਟ ਨੇ 2007 ਵਿੱਚ ਕੀ ਕਿਹਾ ਕਿ 24 ਅਪ੍ਰੈਲ 1973 ਤੋਂ ਬਾਅਦ ਜਿੰਨੇ ਵੀ ਕੋਈ ਤੁਸੀਂ ਕੋਈ ਕਾਨੂੰਨ ਵਗੈਰਾ ਆਇਆ ਉਹਨੂੰ 9th ਸ਼ੈਡਿਊਲ ਚ ਪਾਤਾ ਤਾਂ 9th ਸ਼ੈਡਿਊਲ ਤੇ ਤਾਂ ਇਹ ਕਹਿੰਦੇ ਕਿ ਅਸੀਂ ਇਹਨੂੰ ਰਿਵਿਊ ਨਹੀਂ ਕਰ ਸਕਦਾ ਨਿਆਂਪਾਲਿਕਾ ਇਹਨੂੰ ਰਿਵਿਊ ਨਹੀਂ ਕਰ ਸਕਦਾ ਸਮੀਖਿਆ ਨਹੀਂ ਕਰ ਸਕਦਾ ਪਰ ਸੁਪਰੀਮ ਕੋਰਟ ਨੇ ਕਿਹਾ ਨਹੀਂ ਕੋਰਟ ਚਾਹੇ ਨਿਆਇਪਾਲਿਕਾ ਚ ਹੈ ਤਾਂ 9th ਸ਼ੈਡਿਊਲ ਦੇ ਵਿੱਚ ਜਿਹੜੇ ਹੈਗੇ ਤੁਹਾਡੇ ਕਾਨੂੰਨ ਜਾਂ ਵਿਸ਼ੇ ਵਗੈਰਾ ਜੋ ਵੀ ਤੁਸੀਂ ਪਾਤੇ ਆ ਉਹਨੂੰ ਵੀ ਅਸੀਂ ਸਕਰੁਟੀ ਨਹੀਂ ਕਰ ਸਕਦੇ ਆ ਉਹਦੀ ਵੀ ਸਕਰੁਟੀ ਨਹੀਂ ਉਹਦਾ ਵੀ ਜੁਡੀਸ਼ੀਅਲ ਰੀਵਿਊ ਅਸੀਂ ਕਰ ਸਕਦੇ ਆ ਇਹ ਗੱਲ ਕਈ ਆਈਆਰ ਕੋਰੋਕਿਸ ਵਿੱਚ ਇਹ ਵੀ ਪ੍ਰਸ਼ਨ ਆਇਆ ਹੋਇਆ ਕਿ ਜੇ ਗੱਲ ਕੋਈ 9th ਸ਼ੈਡਿਊਲ ਵਿੱਚ ਪਾ ਦਿੱਤੀ ਗਈ ਕਿ ਉਹਦਾ ਜੁਡੀਸ਼ੀਅਲ ਰੀਵਿਊ ਨਹੀਂ ਹੋ ਸਕਦਾ ਤੁਸੀਂ ਕਹਿੰਦਾ ਨਹੀਂ ਹੋ ਸਕਦਾ ਆ ਹੋ ਸਕਦਾ ਆ ਇਹ ਸੁਪਰੀਮ ਕੋਰਟ ਨੇ ਕਿਹਾ ਆ ਕਿ 9th ਸ਼ੈਡਿਊਲ ਵਿੱਚ ਕੋਈ ਚੀਜ਼ ਪਾਤੀ ਇਹਦਾ ਮਤਲਬ ਇਹ ਨਹੀਂ ਇਹਦੀ ਸਮੀਖਿਆ ਨਹੀਂ ਹੋ ਸਕਦੀ ਕੋਰਟ چاہے ਤੋਂ ਉਹਦੀ ਸਮੀਖਿਆ ਕਰ ਸਕਦਾ ਹੈ ਅੱਗੇ ਦੇਖੋ ਜੀ ਠੀਕ ਹੈ ਜੀ ਨੌ ਅਨਸੂਚੀਆਂ ਹੋ ਗਈਆਂ ਅੱਗੇ ਆ ਜੀ ਦਸਵੀਂ ਅਨਸੂਚੀ ਦਸਵੀਂ ਅਨਸੂਚੀ 1985 ਦੇ 52ਵੇਂ 52nd 52ਵੇਂ ਕਨਸਟੀਟਿਊਸ਼ਨਲ ਐਮੈਂਡਮੈਂਟ ਐਕਟ ਸੋਦ ਐਕਟ ਦੁਆਰਾ ਜੋੜੀ ਗਈ ਸੀ ਕਿਹੜੇ 52nd ਬਹੁਤ ਇੰਪੋਰਟੈਂਟ ਹੈ ਇਹ 52nd ਇਸ ਨੂੰ ਦਲ ਬਦਲੀ ਵਿਰੋਧੀ ਕਾਨੂੰਨ ਵਜੋਂ ਵੀ ਜਾਣਿਆ ਜਾਂਦਾ ਹੈ ਹਨਾ ਐਂਟੀ ਡਿਫੈਕਸ਼ਨ ਹਨਾ ਐਂਟੀ ਡਿਫੈਕਸ਼ਨ एंटी डिफेक्शन लॉ दल बदली विरोधी ਵੀ ਤੁਸੀਂ ਆਪਣੇ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਨਹੀਂ ਜਾ ਸਕਦੇ ਹੋਇਆ ਕੀ ਸੀ ਨਾ ਕਿ ਪਹਿਲਾਂ ਨਾ ਜਦੋਂ ਇਲੈਕਸ਼ਨ ਹੋ ਜਾਂਦੇ ਸੀਗੇ ਤਾਂ MP MLA ਦੀ ਖਰੀਦ ਫਰੋਖਤ ਬਹੁਤ ਹੁੰਦੀ ਸੀ ਉਹ ਦਲ ਬਹੁਤ ਬਦਲ ਲੈਂਦੇ ਸੀ ਇਸ ਗੱਲ ਨੂੰ ਠੱਲ ਪਾਉਣ ਲਈ ਨਾ ਫਿਰ ਆਹ ਵਾਲੀ ਸੰਸ਼ੋਧਨ ਆਈ 52nd ਤੇ ਐਂਟੀ ਡਿਫੈਕਸ਼ਨ ਲॉ ਬਣਾਇਆ ਗਿਆ ਵੀ ਹਾਂ ਵੀ ਤੁਸੀਂ ਜਿਸ ਪਾਰਟੀ ਤੋਂ ਜਿੱਤੇ ਆ ਤੁਸੀਂ ਉਸ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਨਹੀਂ ਜਾ ਸਕਦੇ ਇਹ ਇਹਦੇ ਆਪਣੇ ਤਿੰਨ ਚਾਰ ਪ੍ਰੋਵੀਜ਼ਨ ਹੈਗੀਆਂ ਅਸੀਂ ਉਹ ਪੜਾਂਗੇ ਵੀ ਕੀ ਕਹਿੰਦਾ ਹੈ ਇਹ ਐਕਟ ਹਨਾ ਪਰ ਅਸੀਂ ਹੁਣ ਇਹ ਹੀ ਪੜਨਾ ਕਿ 10ਵੀਂ ਨੂੰ ਸੂਚੀ ਵਿੱਚ ਐਂਟੀ ਡਿਫੈਕਸ਼ਨ ਲਾਅ ਆ ਜੀ ਉਹ ਕਿਸ ਤਰ੍ਹਾਂ ਐਡ ਹੋਇਆ ਸੀ 52ਵੇਂ ਸ਼ੋਟ ਐਕਟ ਦੁਆਰਾ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਦੁਆਰਾ ਐਡ ਹੋਇਆ ਸੀ ਇਸ ਵਿੱਚ ਦਲ ਬਦਲੀ ਦੇ ਆਧਾਰ ਤੇ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਸੈਂਟਰਲ ਲੈਵਲ ਤੇ ਪਾਰਲੀਮੈਂਟ ਤੇ ਸਟੇਟ ਲੈਵਲ ਦੇ ਵਿੱਚ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰਾਂ ਨੂੰ ਅਯੋਗ ਠਹਿਰਾਉਣ ਨਾਲ ਸੰਬੰਧਿਤ ਵਿਵਸਥਾਵਾਂ ਹਨ ਜੇ ਤੁਸੀਂ ਆਪਣਾ ਦਲ ਬਦਲੇ ਆ ਤਾਂ ਤੁਹਾਨੂੰ ਅਯੋਗ ਠਹਿਰਾ ਦਿੱਤਾ ਜਾਵੇਗਾ ਡਿਸਕਵালিਫਾਈ ਕਰ ਦਿੱਤਾ ਜਾਏਗਾ ਠੀਕ ਹੈ ਜੀ ਹੁਣ ਯਾਦ ਕਰੋ 11ਵੀਂ ਤੇ 12ਵੀਂ ਅਨੁਸੂਚੀ ਕਿਹਨਾਂ ਸੰਬੰਧਿਤ ਸੀ 11ਵੀਂ ਅਨੁਸੂਚੀ ਸੰਬੰਧਿਤ ਸੀ ਪੰਚਾਇਤਾਂ ਨਾਲ ਤੇ 12ਵੀਂ ਸੰਬੰਧਿਤ ਸੀ ਮਿਊਨਿਸਪੈਲਿਟੀਆ ਨਾਲ ਇਸ ਅਨੁਸੂਚੀ ਨੂੰ 1992 ਦੇ 73ਵੇਂ ਸ਼ੋਧ ਐਕਟ ਦੁਆਰਾ ਜੋੜਿਆ ਗਿਆ ਸੀ ਇਹ ਪੰਚਾਇਤਾਂ ਦੀਆਂ ਸ਼ਕਤੀਆਂ ਅਧਿਕਾਰ ਅਤੇ ਜ਼ਿੰਮੇਵਾਰੀਆਂ ਨੂੰ ਦਰਸਾਉਂਦਾ ਹੈ ਵੀ ਪੰਚਾਇਤਾਂ ਕੋਲ ਕਿਹੜੀਆਂ-ਕਿਹੜੀਆਂ ਸ਼ਕਤੀਆਂ ਅਧਿਕਾਰ ਤੇ ਜ਼ਿੰਮੇਵਾਰੀਆਂ ਹਨ ਇਸ ਵਿੱਚ 29 ਵਿਸ਼ੇ ਹਨ ਕਿੰਨੇ ਵਿਸ਼ੇ ਹਨ ਪੰਚਾਇਤਾਂ ਕੋਲ 29 ਠੀਕ ਹੈ ਜੀ ਇਸੇ ਤਰ੍ਹਾਂ 12ਵੀਂ ਅਨੁਸੂਚੀ 12ਵੀਂ ਅਨੁਸੂਚੀ ਨੂੰ 1995 ਦੇ 74ਵੇਂ ਸ਼ੋਧ ਐਕਟ ਦੁਆਰਾ ਜੋੜਿਆ ਗਿਆ ਸੀ ਇਹ ਨਗਰਪਾਲਿਕਾਵਾਂ ਮਤਲਬ ਮਿਊਨਿਸਪੈਲਿਟੀ ਮਿਊਂਸਿਪੈਲਿਟੀ ਦੀਆਂ ਸ਼ਕਤੀਆਂ ਅਧਿਕਾਰ ਅਤੇ ਜ਼ਿੰਮੇਵਾਰੀਆਂ ਨੂੰ ਦਰਸਾਉਂਦਾ ਹੈ ਇਸ ਵਿੱਚ 18 ਵਿਸ਼ੇ ਹਨ ਹੁਣ ਪ੍ਰਸ਼ਨ ਆ ਜਾਣਾ ਕਿ ਮਿਊਂਸਿਪੈਲਿਟੀ ਵਾਲੇ 12 ਨੁਕਤੇ ਵਿੱਚ ਜ਼ਿਆਦਾ ਵਿਸ਼ੇ ਹਨ ਜਾਂ ਪੰਚਾਇਤ ਵਾਲੇ ਵਿੱਚ ਯਾਦ ਰੱਖਿਓ ਪੰਚਾਇਤ ਵਾਲੇ ਵਿੱਚ ਜ਼ਿਆਦਾ ਵਿਸ਼ੇ ਹਨ ਮਿਊਂਸਿਪੈਲਿਟੀ ਨਾਲੋਂ ਠੀਕ ਹੈ ਜੀ ਇਹ ਹੁਣ ਤੁਸੀਂ 12 ਸ਼ੈਡਿਊਲ ਨਾਲ ਪੜ੍ਹ ਲੈਣੇ ਰੱਟੇ ਮਾਰ ਲੈਣੇ ਵੀ ਇੱਕ ਇੱਕ ਸ਼ੈਡਿਊਲ ਕਿਹਨੂੰ ਕਿਹਨੂੰ ਡੀਲ ਕਰਦਾ ਆ ਕਿਹਦੇ ਨਾਲ ਸੰਬੰਧਿਤ ਆ ਹੁਣ ਅਸੀਂ ਪੜ੍ਹਦੇ ਹਾਂ ਜੀ ਸੰਵਿਧਾਨ ਦੇ ਪੱਕੇ ਬਖਸਰੋਤ ਸਾਡਾ ਸੰਵਿਧਾਨ ਦੀ ਅਲੱਗ-ਅਲੱਗ ਪ੍ਰਵੀਜ਼ਨ ਕਿਹੜੇ-ਕਿਹੜੇ ਸਰੋਤ ਤੋਂ ਲਈ ਗਈ ਆ ਇੰਪੋਰਟੈਂਟ ਆ ਪਹਿਲਾ ਇਹ ਹੈ ਜੀ 1935 ਦਾ 파ਰਟ ਸਰਕਾਰ ਐਕਟ ਗਵਰਨਮੈਂਟ ਆਫ ਇੰਡੀਆ ਐਕਟ ਆਫ 1935 ਇਸ ਤੋਂ ਅਸੀਂ ਕੀ-ਕੀ ਉਧਾਰ ਲਿਆ ਸਾਡੀ ਫੈਡਰਲ ਸਕੀਮ ਸੈਂਟਰ ਤੇ ਸਟੇਟ ਵਿੱਚ ਪਾਵਰਾਂ ਦੀ ਜਿਹੜੀ ਡਿਵੀਜ਼ਨ ਆ ਇਹ ساری ਸਕੀਮ ਆ ساری 1935 ਦੇ ਐਕਟ ਤੋਂ ਲਈ ਅਸੀਂ ਪਬਲਿਕ ਸਰਵਿਸ ਕਮਿਸ਼ਨ ਸਾਡੇ ਤਿੰਨ ਪਬਲਿਕ ਸਰਵਿਸ ਕਮਿਸ਼ਨ ਹੋ ਸਕਦੇ ਆ ਸੈਂਟਰ ਦਾ ਅਲੱਗ ਸਟੇਟ ਦਾ ਅਲੱਗ ਦੋ ਜਾਂ ਦੋ ਤੋਂ ਵੱਧ ਸਟੇਟਾਂ ਲਈ ਜੁਆਇੰਟ ਇਹ 1935 ਦੇ ਐਕਟ ਵਿੱਚ ਵੀ ਸੀ ਗੱਲ ਹੁਣ ਵੀ ਆ ਸਾਡੇ ਕੋਲ ਐਮਰਜੈਂਸੀ ਪ੍ਰਵੀਜ਼ਨ ਵੀ ਇਥੋਂ ਲਈਆਂ ਤੇ ਕਾਫੀ ਪ੍ਰਸ਼ਾਸਕੀ ਵੇਰਵੇ ਐਡਮਿਨਿਸਟ੍ਰੇਟਿਵ ਡਿਟੇਲਸ ਵਗੈਰਾ ਗਵਰਨਰ ਦਾ ਦਫਤਰ ਤੇ ਨਿਆਂਪਾਲਿਕਾ ਜੁਡੀਸ਼ਰੀ ਇਹ ਗੱਲਾਂ ਨਾਲ ਸੰਬੰਧਿਤ ਚੀਜ਼ਾਂ ਆਪਾਂ ਫਿਰ 1935 ਦੇ ਐਕਟ ਤੋਂ ਲਈਆਂ ਬ੍ਰਿਟਿਸ਼ ਕਨਸਟੀਟਿਊਸ਼ਨ ਬ੍ਰਿਟਿਸ਼ ਸੰਵਿਧਾਨ ਤੋਂ ਸੀ ਕੀ ਲਿਆ ਸੰਸਦੀ ਸਰਕਾਰ ਕਾਨੂੰਨ ਦਾ ਰਾਜ ਰੂਲ ਆਫ ਲਾ ਵਿਧਾਨਿਕ ਪ੍ਰਕਿਰਿਆ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਲੈਜਿਸਲੇਟਿਵ ਪ੍ਰੋਸੀਜਰ ਵੀ ਕਿਸ ਤਰ੍ਹਾਂ ਇੱਕ ਸਦਨ ਚ ਪਾਸ ਹੁੰਦਾ ਦੂਸਰੇ ਸਦਨ ਚ ਪਾਸ ਹੁੰਦਾ ਕੋਈ ਬਿੱਲ ਫਿਰ ਉਹ ਆਪਣੇ ਰਾਸ਼ਟਰਪਤੀ ਕੋ ਸਹਿਨ ਹੋਣ ਲਈ ਜਾਂਦਾ ਇੱਕ ਹੈ ਦੀ ਨਾਗਰਿਕਤਾ ਸਿੰਗਲ ਸਿਟੀਜ਼ਨਸ਼ਿਪ ਕੋਈ ਸੈਂਟਰ ਸਟੇਟ ਦੀ ਅਲੱਗ-ਅਲੱਗ ਸਿਟੀਜ਼ਨਸ਼ਿਪ ਨਹੀਂ ਸਿੰਗਲ ਸਿਟੀਜ਼ਨਸ਼ਿਪ ਆ ਪੂਰੇ ਦੇਸ਼ ਦੀ ਬ੍ਰਿਟਿਸ਼ ਵਿੱਚ ਵੀ ਇਸ ਤਰ੍ਹਾਂ ਹੀ ਆ ਮੰਤਰੀ ਮੰਡਲ ਪ੍ਰਣਾਲੀ ਸਾਡੇ ਕੀ ਆ ਕਾਉਂਸਲ ਆਫ ਮਿਨਿਸਟਰਸ ਹੁੰਦਾ ਆ ਕੈਬਨਿਟ ਮਿਨਿਸਟਰ ਵਗੈਰਾ ਹੁੰਦੇ ਆ ਇਹ ਮੰਤਰੀ ਮੰਡਲ ਵਿਸ਼ੇਸ਼ ਅਧਿਕਾਰ ਵਿਸ਼ੇਸ਼ ਅਧਿਕਾਰ ਕਿੰਨਾ ਦੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ ਸੰਸਦੀ ਵਿਸ਼ੇਸ਼ ਅਧਿਕਾਰ ਅਤੇ ਦੋ ਸੰਗਵਾਦ ਠੀਕ ਦੋ ਸੰਗਵਾਦ ਦੋ ਸੰਗਵਾਦ ਮਤਲਬ ਬਾਈ ਕੈਮਰਲਿਜ਼ਮ ਇੱਕ ਲੋਅਰ ਹਾਊਸ ਤੇ ਇੱਕ ਅਪਰ ਹਾਊਸ ਅੱਗੇ ਦੇਖੋ ਜੀ ਅਮਰੀਕਾ ਦਾ ਸੰਵਿਧਾਨ ਉੱਥੋਂ ਅਸੀਂ ਕੀ ਕੀ ਲਿਆ ਮੌਲਿਕ ਅਧਿਕਾਰ ਫੰਡਮੈਂਟਲ ਰਾਈਟਸ ਉੱਥੇ ਬਿਲੋ ਰਾਈਟਸ ਆ ਸਾਡੇ ਫੰਡਮੈਂਟਲ ਰਾਈਟਸ ਆ ਨਿਆਂਕ ਸੁਮੇਖਿਆ ਜੁਡੀਸ਼ੀਅਲ ਰੀਵਿਊ ਜੁਡੀਸ਼ਰੀ ਨਾਲ ਸੰਬੰਧਿਤ ਚੀਜ਼ਾਂ ਆਪਾਂ ਅਮਰੀਕਾ ਤੋਂ ਲਈਆਂ। ਪਾਰਲੀਮੈਂਟ ਨਾਲ ਸੰਬੰਧਿਤ ਚੀਜ਼ਾਂ ਅਸੀਂ ਬ੍ਰਿਟੇਨ ਤੋਂ ਲਈਆਂ। ਨਿਆਂਪਾਲਿਕਾ ਦੀ ਆਜ਼ਾਦੀ, ਇੰਡੀਪੈਂਡੈਂਸ ਆਫ ਜੁਡੀਸ਼ਰੀ। ਰਾਸ਼ਟਰਪਤੀ ਦਾ ਮਹਾਦੋਸ਼, ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ। ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣਾ, ਇਹਦਾ ਸਾਰਾ ਪ੍ਰੋਸੀਜਰ ਇਹ ਕੀ ਹੈ ਜੁਡੀਸ਼ਰੀ ਨਾਲ ਸੰਬੰਧਿਤ। ਉਪਰਾਸ਼ਟਰਪਤੀ ਦਾ ਅਹੁਦਾ ਵਗੈਰਾ ਅਮਰੀਕਾ। ਠੀਕ ਹੈ ਜੀ। ਆਇਰਿਸ਼ ਆਇਰਿਸ਼ ਸੰਵਿਧਾਨ ਤੋਂ ਕਿਹੜਾ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਰਾਸ਼ਟਰਪਤੀ ਦੀ ਚੋਣ ਦੀ ਵਿਧੀ ਅਤੇ ਰਾਜ ਸਵਾਲੀ ਮੈਂਬਰਾਂ ਦੀ ਨਾਮ ਜਿਤਗੀ ਨੋਮੀਨੇਸ਼ਨ ਕੈਨੇਡੀਅਨ ਸੰਵਿਧਾਨ ਤੋਂ ਅਸੀਂ ਕੀ ਲਿਆ ਇੱਕ ਮਜ਼ਬੂਤ ਕੇਂਦਰ ਵਾਲਾ ਫੈਡਰੇਸ਼ਨ ਇੱਕ ਫੈਡਰੇਸ਼ਨ ਜਿਹਦੇ ਵਿੱਚ ਸੈਂਟਰ ਕੀ ਹੈ ਸਟਰੋਂਗ ਹੋਵੇ ਕੇਂਦਰ ਵਿੱਚ ਬਾਕੀ ਸ਼ਕਤੀਆਂ ਦਾ ਨਿਵਾਸ ਰੈਜ਼ਿਡਰੀ ਪਾਵਰ ਦੇਖੋ ਅਸੀਂ ਤਿੰਨ ਲਿਸਟਾਂ ਪੜੀਆਂ ਇੱਕ ਸੈਂਟਰ ਦੀ ਇੱਕ ਸਟੇਟ ਦੀ ਤਾਂ ਇੱਕ ਸਮਕਾਲੀ ਕੰਗਰੈਂਟ ਹੁਣ ਕਈ ਵਿਸ਼ੇ ਤਿੰਨਾਂ ਵਿੱਚ ਨਹੀਂ ਹੁੰਦੇ ਉਹਨੂੰ ਕਹਿੰਦੇ ਜੀ ਰੈਜ਼ਿਡਰੀ ਬਾਕੀ ਸ਼ਕਤੀਆਂ ਉਹ ਕਿਹਦੇ ਕੋਲ ਆ सेंटर पोल तो याद करो अंग्रेजीया ਦੇ ਟਾਈਮ ਤੇ ਬਾਕੀ ਸ਼ਕਤੀਆਂ ਕਿਹਦੇ ਕੋਲ ਸੀ ਰੈਜ਼ਰਵਡ ਪਾਵਰਸ ਕਿਹਦੇ ਕੋਲ ਸੀ ਬਾਈਸ ਰਾਏ ਕੋ ਕੇਂਦਰ ਦੁਆਰਾ ਰਾਜ ਦੇ ਕਵਰਨਰਾਂ ਦੀ ਨਿਯੁਕਤੀ ਇਹ ਪ੍ਰੋਸੈਸ ਵੀ ਕੈਨੇਡਾ ਤੋਂ ਲਿਆ ਆਪਾਂ ਅਤੇ ਹੋਰ ਕੁਝ ਚੀਜ਼ਾਂ ਆਸਟ੍ਰੇਲੀਆ ਤੋਂ ਕੀ ਲਿਆ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਜੁਆਇੰਟ ਜੁਆਇੰਟ ਮੀਟਿੰਗ ਆਫ ਬੋਥ ਹਾਊਸਸ ਆਫ ਪਾਰਲੀਮੈਂਟ ਸੰਵਰਤੀ ਸੂਚੀ ਕਨਕਰੈਂਟ ਲਿਸਟ ਵਗੈਰਾ ਸੰਵਰਤੀ ਸੂਚੀ ਵਪਾਰ ਦੀ ਆਜ਼ਾਦੀ ਅਤੇ ਬਣਜ ਅਤੇ ਅੰਤਰ ਕੋਰਸ ਦੀ ਵਿਵਸਥਾ ਇੰਟਰ ਸਟੇਟ ਟ੍ਰੇਡ ਵਗੈਰਾ ਵਪਾਰ ਵਗੈਰਾ ਇਹਨਾਂ ਸੰਬੰਧੀ ਚੀਜ਼ਾਂ ਆਪਾਂ ਲਈਆਂ ਆਸਟ੍ਰੇਲੀਆ ਤੋਂ ਸੰਵਰਤੀ ਸੂਚੀ ਸੰਵਰਤੀ ਸੂਚੀ ਨੂੰ ਦੇਖ ਲਈ ਅੰਗਰੇਜ਼ੀ ਵਿੱਚ ਸੰਵਰਤੀ ਸੂਚੀ ਹੈ ਅੰਗਰੇਜ਼ੀ ਵਿੱਚ ਤੁਹਾਡਾ ਜੀ ਕੰਕਰੈਂਟ ਲਿਸਟ ਕੰਕਰੈਂਟ ਲਿਸਟ ਹੀ ਹੈ ਸਮਕਾਲੀ ਸੂਚੀ ਕੰਕਰੈਂਟ ਲਿਸਟ ਅੱਛਾ ਜੀ ਜਰਮਨ ਦੇ ਬੀਮਰ ਕਨਸਟੀਟਿਊਸ਼ਨ ਤੋਂ ਅਸੀਂ ਕੀ ਲਿਆ ਉਸ ਵੇਲੇ ਜਦੋਂ ਇਹ ਸੰਵਿਧਾਨ ਬਣਿਆ ਸੀ ਇਹਨੂੰ ਬੀਮਰ ਕਿੰਦੇ ਤੇ ਬੀਮਾਰ ਬੀਮਾਰ ਤਾਂ ਉਸ ਤੋਂ ਅਸੀਂ ਐਮਰਜੈਂਸੀ ਦੌਰਾਨ ਮੌਲਿਕ ਅਧਿਕਾਰਾਂ ਦੀ ਮੁਤਲੀ ਇੱਕ ਸਸਪੈਂਸ਼ਨ ਆਫ ਫੰਡਮੈਂਟਲ ਰਾਈਟਸ ਡੂਰਿੰਗ ਐਮਰਜੈਂਸੀ ਜਦੋਂ ਐਮਰਜੈਂਸੀ ਲੱਗ ਗਈ ਫੰਡਮੈਂਟਲ ਅਧਿਕਾਰ ਕਿਸ ਤਰ੍ਹਾਂ ਮੋਤਲ ਹੁੰਦੇ ਆ ਸਸਪੈਂਡ ਹੁੰਦੇ ਆ ਇਹ ਸਾਰੀ ਗੱਲਾਂ ਆਪਾਂ ਜਰਮਨ ਦੇ ਸੰਵਿਧਾਨ ਤੋਂ ਲਈਆਂ ਸੋਵੀਅਤ ਯੂਨੀਅਨ ਦੇ ਸੰਵਿਧਾਨ ਤੋਂ ਸਿੱਖਿਆ ਲਿਆ ਜੀ ਫੰਡਮੈਂਟਲ ਰਾਈਟਸ ਬੁਨਿਆਦੀ ਕਰਤਵ ਅਤੇ ਨਿਆਂ ਦੇ ਆਦਰਸ਼ਕ ਮਤਲਬ ਆਈਡੀਅਲ ਆਫ ਜਸਟਿਸ ਨਿਆਂ ਦੇ ਆਦਰਸ਼ ਆਈਡੀਅਲਸ ਆਫ ਜਸਟਿਸ ਜਸਟਿਸ ਤੇ ਚਾਹੇ ਸਮਾਜਿਕ ਜਸਟਿਸ ਦੀ ਗੱਲ ਕਰੀਏ ਨਿਆਂ ਸਮਾਜਿਕ ਨਿਆਂ ਮਤਲਬ ਬਰਾਬਰਤਾ ਲਿਆਉਣਾ ਆਰਥਿਕ ਨਿਆਂ ਦੀ ਗੱਲ ਕਰੀਏ ਮਤਲਬ ਗੈਰ ਬਰਾਬਰਤਾ ਪੈਸੇ ਦੇ ਰੂਪ ਵਿੱਚ ਕਿਸੇ ਉਹ ਜੋ ਗੈਰ ਬਰਾਬਰਤਾ ਹੈ ਉਹਨੂੰ ਬਰਾਬਰ ਲੈ ਕੇ ਆਉਣਾ ਆਰਥਿਕ ਗੈਰ ਬਰਾਬਰੀ ਅਤੇ ਰਾਜਨੀਤਿਕ ਠੀਕ ਹੈ ਨਹੀਂ ਆਈਡੀਅਲਸ ਆਫ ਜਸਟਿਸ ਕਿੰਧਰਾ ਨੇ ਹੁੰਦੇ ਸੋਸ਼ਲ ਇਕਨੋਮਿਕ ਤੇ ਪੋਲੀਟੀਕਲ ਇਹ ਆਪਾਂ ਕਿੱਥੋਂ ਲਏ ਆ ਜੋ ਕਿ ਸਾਡੀ ਪ੍ਰਸਤਾਵਨਾ ਪ੍ਰੀਐਮਬਲ ਵਿੱਚ ਦਰਜ ਆ ਇਹ ਅਸੀਂ ਲਏ ਜੀ ਰੂਸ ਦੇ ਸੰਵਿਧਾਨ ਕੋਲੋਂ ਸੋਵੀਅਤ ਯੂਨੀਅਨ ਦੇ ਸੰਵਿਧਾਨ ਕੋਲੋਂ ਫੰਡਾਮੈਂਟਲ ਡਿਊਟੀਆਂ ਕਿੱਥੋਂ ਲਈਆਂ ਸੋਵੀਅਤ ਯੂਨੀਅਨ ਦੇ ਸੰਵਿਧਾਨ ਤੋਂ ਫ੍ਰਾਂਸੀਸੀ ਸੰਵਿਧਾਨ ਤੋਂ ਕਿ ਲਈ ਆਪਾਂ ਗਣਰਾਜ ਰਿਪਬਲਿਕ ਫ੍ਰੀडम ਇਕੁਐਲਿਟੀ ਸਮਾਨਤਾ ਪਾਈਚਾਰੇ ਦੇ ਆਦਰਸ਼ ਠੀਕ ਹੈ ਜੀ ਲਿਬਰਟੀ ਇਕੁਐਲਿਟੀ ਤੇ ਫ੍ਰੈਟਰਨਿਟੀ ਫ੍ਰੈਟਰਨਿਟੀ ਹੁੰਦਾ ਪਾਈਚਾਰਾ ਇਹ ਆਪਾਂ ਲਿਆ ਜੀ ਫਰਾਂਸ ਤੋਂ ਆਈਡੀਅਲ ਆਫ ਜਸਟਿਸ ਲਿਆ ਆਪਾਂ ਰੂਸ ਤੋਂ ਇਹ ਸਾਰਾ ਕੀ ਹੈ ਸਾਡੇ ਪ੍ਰੀਐਮਬਲ ਵਿੱਚ ਦਰਜ ਹੈ ਪ੍ਰਸਤਾਵਨਾ ਵਿੱਚ ਦਰਜ ਹੈ ਦੱਖਣ ਅਫਰੀਕਾ ਸਾਊਥ ਅਫਰੀਕਾ ਦੇ ਸੰਵਿਧਾਨ ਤੋਂ ਕੀ ਲਿਆ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜ ਸਭਾ ਦੇ ਮੈਂਬਰ ਉੱਚਾ ਜਿਹੜਾ ਆਪਣਾ ਰਾਜ ਸਭਾ ਹੈ ਨੀ ਹਾਇਰ ਸਦਨਾ ਸਾਡਾ ਵੱਡਾ ਸਦਨਾ ਜਿਹੜਾ ਉਹਦੇ ਮੈਂਬਰਾਂ ਦੀ ਚੋਣ ਕਿਸ ਤਰ੍ਹਾਂ ਹੋਏਗੀ संविधान की सोध की प्रक्रिया कॉन्सटीट्यूशनल अमेंडमेंट की प्रक्रिया कितों ली आप साउथ अफ्रीका को लो। जपानी संविधान तो की लिया कानून द्वारा स्थापित प्रक्रिया ठीक कानून द्वारा स्थापित प्रक्रिया मतलब प्रोसीजर इस्टैबलिश्ड बाय लॉ प्रोसीजर इस्टैबलिश बाय लॉ देखो ना साढ़े की एक आ एक प्रोसी प्रोसीजर आ है। ਪਾਰਲੀਮੈਂਟ ਨੂੰ ਨੂ ਨਵੜੋਂ ਦਾ ਜੁਡੀਸ਼ਰੀ ਉਹਦੀ ਸਮੀਖਿਆ ਕਰ ਸਕਦੀ ਆ ਪਰ ਸਮੀਖਿਆ ਕਿੱਦਾਂ ਕਰੇਗੀ ਸੰਵਿਧਾਨ ਦੇ ਹਿਸਾਬ ਨਾਲ ਤੇ ਸੰਵਿਧਾਨ ਨੂੰ ਕੌਣ ਚੇਂਜ ਕਰ ਸਕਦਾ ਫਿਰ ਪਾਰਲੀਮੈਂਟ ਇੱਕ ਪ੍ਰੋਸੀਜਰ ਆ ਪੂਰਾ ਹੈ ਅਮਰੀਕਾ ਵਿੱਚ ਕੀ ਆ ਡਿਊ ਪ੍ਰੋਸੈਸ ਆਫ ਲਾ ਉਥੇ ਕਾਨੂੰਨ ਨੂੰ ਜੁਡੀਸ਼ਰੀ ਨੂੰ ਲੱਗੇਗਾ ਕੋਈ ਚੀਜ਼ ਗਲਤ ਆ ਤੇ ਉਹ ਕਹ ਦੇਗੀ ਗਲਤ ਆ ਉਹਨੂੰ ਕੋਈ ਸੰਵਿਧਾਨ ਨਾ ਜਾਂ ਕਿਸੇ ਹੋਰ ਚੀਜ਼ ਦਾ ਕੋਈ ਨਾ ਮਤਲਬ ਨਹੀਂ ਜੁਡੀਸ਼ਰੀ ਨੂੰ ਲੱਗੇਗਾ ਕੋਈ ਚੀਜ਼ ਗਲਤ ਆ ਉਹ ਕਹਿ ਸਕਦੀ ਆ ਗਲਤ ਆ ਪਰ ਸਾਡੇ ਕੀ ਆ ਜੁਡੀਸ਼ਰੀ ਜੇ ਕਿਸੇ ਚੀਜ਼ ਨੂੰ ਗਲਤ ਸਹੀ ਕਹਿੰਦੀ ਆ ਤਾਂ ਉਹ ਉਹ ਕਿਹਦੇ ਹਿਸਾਬ ਨਾਲ ਕਹਿੰਦੀ ਆ ਸਵਿਧਾਨ ਦੇ ਸਾਹਮਣਾ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਬਾਰ ਬਾਰ ਪੜ੍ਹ ਲੈਣੀਆਂ ਇੰਪੋਰਟੈਂਟ ਆ ਆਬਜੈਕਟਿਵ ਕੁਐਸਚਨ ਬਹੁਤ ਬਣਦੇ ਆ ਸਬਜੈਕਟਿਵ ਵੀ ਬਣਦੇ ਆ ਇਹ ਤੁਸੀਂ ਪੜ੍ਹ ਲੈਣਾ ਜੀ ਅੱਜ ਲਈ ਇੰਨਾ ਹੀ ਸ਼ੁਕਰੀਆ ਸਤਿ ਸ੍ਰੀ ਅਕਾਲ